ਤੇ ਉਧਰੋਂ ਸੁਖਦੇਵ ਸਿੰਘ ਢਿੰਡਸਾ ਮੈਂ ਦੇਖ ਰਿਹਾ ਸੀ ਕਿ ਉਹਨਾਂ ਰਿਹਾ ਕਾਲੀ ਦਲ ਸੰਜੁਗਤ ਉਹ ਉਹਨਾਂ ਨੇ ਬੜਾ ਇੱਕ ਠੱਪਾ ਲਿਖਿਆ ਹੋਇਆ ਸੀ ਕਿ ਪੱਕੇ ਕਾਲੀ ਸੱਚੇ ਕਾਲੀ ਤਾਂ ਵੀ ਬੀਬੀ ਜ਼ਗੀਰ ਕੋਰ ਹੁਣ ਬਣ ਰਹੀ ਜੀ ਫਿਰ ਪੱਕੇ ਕਾਲੀ ਤੇ ਸੱਚੇ ਕਾਲੀ ਹੁਣ ਵੈਸੇ ਤੇ ਗੱਲ ਤਾਂ ਮਿਲਦਾ ਮੇਰੇ ਖਿਆਲ ਨਾਲ ਜਿਹੜਾ ਜਗਮੀਤ ਸਿੰਘ ਬਰਾੜ ਉਹਨਾਂ ਦੀ ਵੀ ਚਰਚਾ ਜੀ ਉੱਡੀ ਫਿਰਦੀ ਹੈਗੇ ਉਹਨਾਂ ਤਾਂ ਪਤਾ ਨਹੀਂਗਾ ਦੇਖੋ ਗੱਲ ਕੀ ਹੈ ਕਿ ਢਿੰਡਸਾ ਧੜਾ ਹੈ ਨਾ ਜਿਹੜਾ ਜੀ ਢਿੰਡਸਾ ਧੜਾ ਉਹ ਧੜਾ ਜਿਨ੍ਹਾਂ ਦੀ ਦਿੱਲੀ ਦਰਬਾਰੇ ਸਿੱਧੀ ਪਹੁੰਚ ਹੈ ਜੀ ਠੀਕ ਹੈ ਜੀ ਅੱਜ ਦੇ ਟਾਈਮ 'ਚ ਅੱਜ ਦੇ ਟਾਈਮ 'ਚ ਪੂਰੀ ਠੋਕਾ ਉਹਨਾਂ ਦੀ ਜੀ ਕਹਿ ਲੋ ਕਿ ਉਹ ਭਾਜਪਾ ਦੇ ਅਲਾਈਡ ਹੀ ਨੇ ਜੀ ਉਹਨਾਂ ਦੇ ਸਾਥੀ ਨੇ ਉਹ ਜੀ ਇਹ ਆਪਾਂ ਵੇਖਿਆ ਵਾ ਆ ਜਦੋਂ ਹੁਣ ਪ੍ਰਧਾਨਗੀ ਦੀ ਚੋਣ ਹੋਣੀ ਸੀਗੀ ਜੀ ਇਹ ਕਿਵੇਂ ਸਾਰੇ ਧੜੇ ਐਕਟਿਵ ਹੋਏ ਸਨ ਜੀ ਤੋਂ ਇਸ ਕਰਕੇ ਹੁਣ ਗੱਲ ਕੀ ਹੈ ਕਿ ਬੀਬੀ ਜ਼ਗੀਰ ਕੌਰ ਕੁਝ ਚੀਜ਼ਾਂ 'ਚ ਥੋੜਾ ਮਾਤ ਵੀ ਖਾਂਦੇ ਆ ਨਾ ਜੀ ਹੁਣ ਸਿੱਧੇ ਉਹ ਭਾਜਪਾ ਜੋ ਐ ਨਹੀਂ ਕਰ ਸਕਦੇ ਗੱਲ ਤਾਂ ਇਹ ਐ ਅਸਲੀ ਗੁੰਡੀ ਤੇ ਫਿਰ ਵੱਲ ਪਾ ਕੇ ਰਲਣਾ ਹੀ ਆ ਹਾਂਜੀ ਮੈਨੂੰ ਜਿੰਨੀ ਕੁ ਸਮਝ ਆਉਂਦੀ ਆ ਬੀਬੀ ਜਗੀਰ ਕੌਰ 2024 ਵਾਲਾ ਇਲੈਕਸ਼ਨ ਲੜਨਗੇ ਜੀ ਤੇ ਲੜਨਗੇ ਵੀ ਐਂ ਲੱਗਦਾ ਕਿ ਖਡੂਰ ਸਾਹਿਬ ਤੋਂ ਮੈਨੂੰ ਐਂ ਲੱਗਦਾ ਜੀ ਕਿ ਜਿਹੜੀ ਇਹ ਤਿਆਰੀ ਹੋ ਰਹੀ ਆ ਨਾ ਕਿ ਅਸਲ ਦੇ ਵਿੱਚ 2024 ਵਾਸਤੇ ਤਿਆਰੀ ਜਿਹੜੀ ਆ ਹੋਣ ਲਈ ਆ ਜੀ ਉਹਦੇ ਚੋਂ ਕਿਹੜੇ ਕਿਹੜੇ ਉੱਥੇ ਤਾਂ ਕੱਲ ਮੀਟਿੰਗ 'ਚ ਤੁਸੀਂ ਜੇ ਦੇਖੋਗੇ ਜੀ ਮੀਟਿੰਗ ਦੀ ਜਾਣਕਾਰੀ ਪੱਤਰਕਾਰਾਂ ਨੂੰ ਨਹੀਂ ਸੀਗੀ ਜੀ ਇਹ ਪ੍ਰੈਸ ਨੋਟ ਹੀ ਆਇਆ ਸਿੱਧਾ ਸਿੱਧਾ ਉਹਨਾਂ ਨੇ ਫੋਟੋ ਪਾ ਦਿੱਤੀ ਜੇ ਮੰਨ ਲਓ ਕੋਈ ਹਾਂਜੀ ਕੋਈ ਉਸ ਤਰ੍ਹਾਂ ਦੀ ਕੋਈ ਉਹਨਾਂ ਦੀ ਸਕੀਮ ਬੰਦੀ ਹੁੰਦੀ ਜੀ ਤਾਂ ਉਹਨਾਂ ਨੇ ਫੋਟੋ ਕਿਉਂ ਲੀਕ ਕਰਨੀ ਸੀ ਜੀ ਸੋਚ ਕੇ ਦੇਖੋ ਜਾਣ ਬੁੱਝ ਕੇ ਕੀਤੀ ਗਈ ਹੈ ਕਿ ਪਹਿਲਾਂ ਮਾਹੌਲ ਬਣਾਇਆ ਜਾਵੇ ਮਾਹੌਲ ਬਣਾਤਾ ਮਾਹੌਲ ਤਾਂ ਤੁਹਾਨੂੰ ਵਤਈਆਂ ਕਿ ਬਹੁਤ ਜ਼ਬਰਦਸਤ ਚੀਜ਼ ਹੈ ਤੇ ਅੱਜ ਨਾਲ ਦੀ ਨਾ ਮਗਰੇ ਮਗਰੇ ਹੋਗੇ ਫਿਰ ਪੱਤਰਕਾਰ ਅੱਜ ਤਾਂ ਹੋਣਾ ਹੀ ਹੋਣਾ ਹੈ ਮਾਹੌਲ ਬਣ ਗਿਆ ਨਾ ਫਿਰ ਜੀ ਮਾਹੌਲ ਦੀ ਤਾਂ ਬਹੁਤ ਐਮੀਤ ਹੁੰਦੀ ਆ ਜੀ ਮਾਹ ਪਰਤਲਾ ਤੁਹਾਨੂੰ ਇੱਕ ਵਾਰੀ ਸ਼ਾਇਦ ਕਿੱਸਾ ਸੁਣਾਇਆ ਸੀਗਾ ਨਾ ਮਾਹੌਲ ਕਿਦਾਂ ਬਣਦਾ ਜੀ 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 ਯਾਦ ਰੱਥ ਨੂੰ ਜਦੋਂ ਮਾਰਿਆ ਸੀਗਾ ਅਰਜਨ ਨੇ ਤਾਂ ਖੈਰ ਦੇਖੋ ਹੁਣ ਇਹਦੇ ਚ ਕੀ ਹੁੰਦਾ ਕੀ ਨਹੀਂ ਹੁੰਦਾ ਅੱਗੇ ਜੀ ਪਰ ਮੈਨੂੰ ਤੇ ਓਹ ਲੱਗਦਾ ਕਿ ਬੀਬੀ ਜਗੀਰ ਕੌਰ ਅਸਲ ਦੇ ਵਿੱਚ ਵੀ ਸੋਚ 24 ਵਾਲਾ ਇਲੈਕਸ਼ਨ ਲੜੋਗੇ ਤੇ ਜਿਹੜੇ ਬਰਾੜ ਸਾਹਿਬ ਆ ਉਹ ਇਲੈਕਸ਼ਨ ਲੋਕਸ਼ਨ ਦਾ ਨਹੀਂ ਚੱਕਰ ਉਹਨਾਂ ਨੇ ਤਾਂ ਟਿੰਡ ਚ ਕਾਨਾ ਪਾਉਣਾ ਇਹਨਾਂ ਦੇ ਦੁੱਧ ਚ ਕਾਂਜੀ ਘੋਲਣੀ ਆ ਬਸ ਉਹ ਤਾਂ ਹੰਡ ਪਗਾਉਣੀ ਆਂਦਾਰੇ ਬਸ ਉਹਨਾਂ ਨੇ ਤਾਂ ਉਧਰਲੇ ਪਾਸੇ ਆਉਣਾ ਹੀ ਆਣਾ ਹੈ ਜੀ ਵੀ ਗੱਲ ਇਹ ਆ ਕਿ ਇੱਕ ਪਲੇਟਫਾਰਮ ਉਹਨ ਮਿਲੇਗਾ ਐਸਾ ਜਿਹਦੇ ਚ ਅਕਾਲੀ ਅ ਸਿੱਧੇ ਰੂਪ ਦੇ ਵਿੱਚ ਉੱਥੋਂ ਨਿਕਲ ਕੇ ਜੁੜਨਗੇ ਭਾਜਪਾ ਨਾਲੀ ਪਰ ਵਜਣਗੇ ਕਾਲੀ ਉਹ ਚੜਾ ਘਾਲੀਆਂ ਦਾ ਹੀ ਇਸਤੇਮਾਲ ਹੋਏਗਾ। ਮਤਲਬ ਜਿਵੇਂ ਉਹ ਕਹਿੰਦੇ ਸੀ ਪਹਿਲਾਂ ਕਿਸੀ ਰਹਿਣਾ ਕਾਲੀ ਆ। ਰਹਿਣਾ ਕਾਲੀ ਆ ਤਾਂ ਬਸ ਰਹਿਣਾ ਵੀ ਟਕਸਾਲੀਆ ਤਾਂ ਉਹਦੇ 'ਚ ਵੀ ਤੁਸੀਂ ਦੇਖੋ ਨਾ ਘਰਚਾ ਸਾਹਿਬ ਬੈਠੇ ਨੇ। ਜੀ। ਅਇਨਾਲਾ ਸਾਹਿਬ ਵੀ ਬੈਠੇ ਸ਼ਾਇਦ। ਜੀ। ਫਲੋਰ ਸਾਹਿਬ ਬੈਠੇ ਨੇ ਲਓ। ਜੀ। ਫਲੋਰ ਸਾਹਿਬ ਵੀ ਬੈਠੇ ਆਥੇ। ਜੀ। ਗੱਲ ਇਹ ਹੈ ਕਿ ਵੈਸੇ ਤਾਂ ਹੁਣ ਜੇ ਤੁਸੀਂ ਦੇਖੋ ਕਿ ਗੱਲ ਕੌੜੀ ਲੱਗਣੀ ਆ ਚਲੋ ਇਹਨਾਂ 'ਚੋ ਕੁਝ ਲੋਕਾਂ ਦੀਆਂ ਆਪਣੀਆਂ ਨਿੱਜੀ ਪ੍ਰਾਪਤੀਆਂ ਤੇ ਹੋ ਸਕਦੀਆਂ ਨੇ। ਜੀ। ਅੱਗੇ ਜਦੋਂ ਬ੍ਰਹਮਪੁਰ ਉਹ ਰਿਟੋਰੇਸ਼ਨ ਮੈਂ ਉਹਦਾ ਵੀ ਆਖਿਆ ਸੀਗਾ ਕਿ ਮੈਂ ਆਖਿਆ ਇਹਨਾਂ ਦੇ ਕੀ ਪਾਲ ਦੇ ਜੀ ਤੇ ਬਾਅਦ ਚ ਤੁਸੀਂ ਦੇਖਿਆ ਇਹੋ ਕਿਵੇਂ ਉਹਨਾਂ ਦਾ ਖੰਡਾ ਹੋਇਆ ਜੀ ਉਸੇ ਤਰ੍ਹਾਂ ਕਿ ਇਹ ਜਿਹੜੀ ਰਵਾਇਤੀ ਸਿਆਸਤ ਹੈ ਉਹਦੇ ਚ ਇਹ ਜਿਹੜੇ ਖਿਡਾਰੀ ਹੈ ਨਾ ਉਹ ਬੈਟਿੰਗ ਕਰ ਚੁੱਕੇ ਨੇ ਸਭ ਪਤਾ ਹੈ ਕਿ ਇਹਨਾਂ ਦੇ ਕੋਲ ਸ਼ਾਰਟ ਕਿਹੜੇ ਆ ਕੀ ਗੱਲਬਾਤ ਹੈ ਜੀ ਠੀਕ ਆ ਆਪਣੇ ਇਲਾਕੇ ਚ ਜਾਂ ਜੋ ਵੀ ਹੈ ਉਹ ਕੀਤਾ ਹੋਏਗਾ ਕੁਛ ਨਾ ਕੁਛ ਕਿਸੇ ਨੇ ਜੀ ਪਰ ਜੇ ਆਪਾਂ ਦੇਖੀਏ ਕਿ ਇਹ ਕੋਈ ਨਵੀਂ ਪੀੜੀ ਦੀ ਲੀਡਰਸ਼ਿਪ ਆਏਗੀ ਕੋਈ ਨਵਾਂ ਇਨਕਲਾਬ ਆਏਗਾ ਇਹ ਗੱਲਾਂ ਹਾਲ ਦੀ ਗੜੀ ਮੈਨੂੰ ਤਾਂ ਫਜ਼ੂਲ ਲੱਗਦੀਆਂ ਨੇ ਐਵੇਂ ਠੀਕ ਹੈ ਜਜ਼ਬਾਤੀ ਕਰਨਾ ਤਾਂ ਸਿਆਸਤ ਇਸ ਤਰ੍ਹਾਂ ਹੀ ਚੱਲਦੀ ਆ ਜੀ ਉਹ ਚੱਲੀ ਜਾਂਦੀ ਆ ਪਰ ਜੇ ਤੁਸੀਂ ਆਖੋ ਕਿ ਆ ਬਦਲਾਅ ਤੋਂ ਵੀ ਸੁਪਰ ਬਦਲਾਅ ਆ ਜਾਣਾ ਇਹ ਬਦਲਾਅ ਨਹੀਂ ਮੈਨੂੰ ਤੇ ਖਲਾ ਲੱਗਣ ਡਿਆ ਆ ਜਉਣ ਵਾਲੇ ਸਮੇਂ ਦਾ ਕਿ ਇਹ ਸਗੋਂ ਖਲਾਫ ਪੈਦਾ ਹੋ ਜਾਣਾ ਲੋਕ ਪੰਜਾਬ ਦਾ ਵੋਟਰ ਕਨਫਿਊਜ਼ ਹੋ ਜਾਏਗਾ ਤੇ ਇਸ ਕਨਫਿਊਜ਼ਨ ਚ ਹੋ ਸਕਦਾ ਆਮ ਆਦਮੀ ਪਾਰਟੀ ਇੱਕ ਵਾਰੀ ਰਿਪੀਟ ਹੋਣ ਦੇ ਕਾਰਨ ਤੇ ਵੀ ਪਹੁੰਚ ਜਾਵੇ ਮੈਂ ਵੀ ਗੱਨਾ ਨਾਲ ਜੀ ਰਿਪੀਟ ਹੋਣ ਦੇ ਕਾਰਨ ਤੇ ਵੀ ਪਹੁੰਚ ਜਾਏ ਪਰ ਅਖੀਰ ਜਿਹੜੀ ਇੱਕ ਖੇਤਰੀ ਧਿਰ ਸਾਨੂੰ ਮਜ਼ਬੂਤ ਧਿਰ ਚਾਹੀਦੀ ਆ ਉਹਦੇ ਵਾਸਤੇ ਖਲਾਫ ਪੈਦਾ ਹੋਏ ਗਏ ਜੀ 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 ਬਿਲਕੁਲ ਬਿਲਕੁਲ ਬਾਕੀ ਦੇਖਦੇ ਅੱਗੇ ਕੀ ਬੰਦ ਹੈ ਦਰੋ ਹਰਸ਼ तिवारी ਕਰ ਰਿਹਾ ਕਿ ਜਗਮੀਤ ਬਰਾੜ ਜਿੱਥੇ ਵੀ ਜਾਣਗੇ 6 ਮਹੀਨੇ ਤੋਂ ਵੱਧ ਨਹੀਂ ਕੱਟ ਸਕਦੇ ਜੀ ਕਹਿੰਦੇ ਕਿ ਤੇ ਨਵਿੰਦਰ ਸਣੀ ਕਹਿੰਦੇ ਪੀਸੀ ਕਰਤੀ ਜੀ ਇਹਨਾਂ ਨੇ ਇਕੱਠਿਆ ਨੇ ਜੀ ਕਿ ਢੀਂਡ ਸਾਹਿਬ ਬੀਬੀ ਜ਼ਗੀਰ ਕੌਰ ਤੇ ਆਪਣਾ ਜਗਮੀਤ ਬਰਾੜ ਜੀ ਨੇ ਕਹ ਲੈ ਕੇ ਕਰਤੀ ਇਕੱਠੇ ਚਲੋ ਫਿਰ ਵਧਾਈਆਂ ਹੋਣ ਜੀ ਵਧਾਈਆਂ ਆ ਆਪਾਂ ਵਧਾਈਆਂ ਹੀ ਦੇ ਸਕਦੇ ਆ ਜੀ ਜੀ ਗੱਲਾਂ ਸਾਡੀਆਂ ਤੇ ਸਾਰਿਆਂ ਨੂੰ ਖੋੜੀਆਂ ਲੱਗਦੀਆਂ ਪਰ ਸਚਾਈ ਇਹੋ ਆ ਜੀ ਤੇ ਤੁਸੀਂ ਵੇਖੋ ਹੁਣ ਚਲੋ ਇਹ ਵੀ ਹੋ ਗਿਆ ਤੇ ਇਲੈਕਸ਼ਨ ਵੀ ਲੜਨ ਲੱਗੇ ਜੀ ਇਲੈਕਸ਼ਨ ਲੜਨ ਲੱਗੇ ਇਹ ਬੀਬੀ ਜਗੀਰ ਕੌਰ ਤਾਂ ਲੜਨਗੇ ਲੜਨਗੇ ਜੀ 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 ਬਿਲਕੁਲ ਬਿਲਕੁਲ ਜੀ ਇਧਰ ਉਹ ਹਰਿਸ਼ਤਵਾਰੀ ਤੇ ਮਰ ਜਾਣਾ ਪੰਡਤ ਪੁੱਛ ਰੇ ਸੀ ਕਿ ਰਾਹੁਲ ਗਾਂਧੀ ਜੀ ਦੀ ਭਾਰਤੀ ਯਾਤਰਾ ਜੀ ਉਹ ਆ ਗਏ ਜੀ ਕਹਿੰਦੇ ਕਿ ਇਧਰਲੇ ਪਾਸੇ ਹੁਣ 50 ਵਾਲੇ ਪਾਸੇ ਉਹ ਅੱਗੇ ਵੀ ਆਏ ਸੀ ਉਹ ਯਾਦ ਹੈ ਤੁਹਾਨੂੰ ਹਿੰਦੁਸਤਾਨ ਜਿਹੜਾ ਟਰੈਕਟਰ ਸੀਗਾ ਖਟਾ ਜਿਆ ਉਹਦੇ ਤੇ ਬੈਠੇ ਆਡੇ ਆਡੇ ਉਹ ਸੋਫੇ ਜੇ ਲਾਏ ਸੀ ਰਾਣਾ ਤੇ ਜੀ ਉਸੇ ਪਾਸੇ ਕੈਪਟਨ ਮਨਿੰਦਰ ਸਿੰਘ ਬਟਾਏ ਸੀ ਜਦੋਂ ਆਹ ਲਦੇ ਜਾਂਦੇ ਸੀ ਸਾਰੇ ਜੀ ਮਾਲੋ ਕੇ ਉਹ ਮੈਨੂੰ ਲੱਗਦਾ ਕਮਲਜੀਤ ਨੇ ਹੀ ਬਣਾਇਆ ਸੀਗਾ ਉਹ ਟਰੈਕਟਰ ਕਮਲਜੀਤ ਬਰਾੜ ਹੀ ਲੈ ਕੇ ਆਇਆ ਸੀਗਾ ਉਦੋਂ ਵੀ ਜੀ ਤੇ ਕੱਲ ਬਰਾੜ ਦਾ ਫਾਦਰ ਵੀ ਉਹ ਕਹਿ ਰਿਹਾ ਸੀਗਾ ਦਰਸ਼ਨ ਸਿੰਘ ਬਰਾੜ ਅੱਛਾ ਜੀ ਉਹ ਕਹਿੰਦਾ ਦੋਵੇਂ ਆਪਣੇ ਪੁੱਤ ਨੇ ਮੈਂ ਸਮਝਾਤਾ ਕਹਿੰਦਾ ਮੈਂ ਦੋਵੇਂ ਲੈ ਆਉਂਗਾ ਕਹਿੰਦਾ ਵਾਜੂ ਬੁਜੇ ਵਜਾ ਕੇ ਤਾਂ ਉਹ ਲੱਗਦਾ ਕਿ ਮਸਲਾ ਉਹ ਵੀ ਹੱਲ ਹੋ ਜਾਣਾ ਹੈ ਜੀ ਤੇ ਉਹ ਅੱਗੇ ਵੀ ਇੱਥੋਂ ਤੁਰੇ ਸਨ ਤੇ ਇਧਰ ਨੂੰ ਹਰਿਆੜੇ ਨੂੰ ਵੜੇ ਤੇ ਲਾ 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 ਕੀ ਕੀ ਫਾਇਦਾ ਭਾਰਤ ਜੋੜੋ ਯਾਤਰਾ ਜਿਹੜੀ ਆ ਨਾ ਉਹ ਰਾਹੁਲ ਗਾਂਧੀ ਲਈ ਨਿੱਜੀ ਤੌਰ ਤੇ ਫਾਇਦੇਮੰਦ ਸਾਬਤ ਹੋ ਰਹੀ ਹੈ ਜੀ ਪਰ ਪੰਜਾਬ ਦੀ ਪੋਲਿਟਿਕਸ ਤੇ ਮੈਨੂੰ ਨਹੀਂ ਲੱਗਦਾ ਕਿ ਹਾਲੇ 9-10 ਮਹੀਨੇ ਪਹਿਲਾਂ ਤੇ ਕਾਂਗਰਸ ਨੂੰ ਤੋੜ ਕੇ ਸੁੱਟਿਆ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਸੋ ਭਾਰਤ ਦੀ ਰਾਜਨੀਤੀ ਦੇ ਲਿਹਾਜ਼ ਨਾਲ ਜੇ ਦੇਖੋਗੇ ਤਾਂ ਰਾਹੁਲ ਗਾਂਧੀ ਕਦ ਕੱਢ ਰਿਹਾ ਹੈ ਜੀ ਹਾਲੇ ਮੈਂ ਇਹ ਤਾਂ ਨਹੀਂ ਕਹੂੰਗਾ ਕਿ ਸ਼ਿਖਰ ਸੋ ਗਿਆ ਜੀ ਉਹ ਸ਼ਿਖਰ ਤੇ ਚਲੇ ਗਿਆ ਵਾ ਜੀ ਪਰ ਕੁਝ ਮਜ਼ਬੂਤੀ ਮਿਲੀ ਹੈ ਜੀ ਕੁਝ ਗੱਲਾਂ ਚ ਉਹਦੀ ਮੈਚਿਓਰਿਟੀ ਝਲਕਦੀ ਆ ਤੇ ਕੁਝ ਹੁੰਦਾ ਵੀ ਆ ਲੀਡਰਾਂ ਨੂੰ ਕਿ ਯਾਰ ਅਸੀਂ ਇੱਕ এজেন্ডਾ ਆਪਣਾ ਜਿਹੜਾ ਜੀ ਉਹ ਤੈਅ ਕਰਕੇ ਲੋਕਾਂ ਚ ਪਹੁੰਚਾਈਏ ਜੀ ਕਿਉਂਕਿ ਰਾਹੁਲ ਗਾਂਧੀ ਕੀ ਕਹਿਣਾ ਚਾਹ ਰਿਹਾ ਹਾਲੇ ਖੁੱਲਕੇ ਤੇ ਨਹੀਂ ਕਹਿ ਰਿਹਾ ਉਹ ਕੀ ਕਹਿਣਾ ਚਾਹ ਰਿਹਾ ਉਹ ਅਸਲ ਦੇ ਵਿੱਚ ਸੁਨੇਹਾ ਇਹ ਦੇ ਰਿਹਾ ਹੈ ਭਾਰਤ ਵਾਸੀਆਂ ਨੂੰ ਕਿ ਭਾਈ ਇੱਥੇ ਜਿਹੜੀਆਂ ਲੋਕਤੰਤ੍ਰਿਕ ਕਦਰਾਂ ਕੀਮਤਾਂ ਨੇ ਉਹਨਾਂ ਨੂੰ ਖਤਰਾ ਹੈ ਜੀ ਜੋ ਸਾਡੇ ਸੱਭਿਆਚਾਰਕ ਖਾਸੇ ਨੇ ਉਹਨਾਂ ਨੂੰ ਖਤਰਾ ਹੈ ਸਾਰਾ ਕੁਝ ਟੁੱਟ-ਫੁੱਟ ਰਿਹਾ ਹੈ ਮਤਲਬ ਕਿ ਸਾਡੀਆਂ ਸੰਸਥਾਵਾਂ ਟੁੱਟ ਰਹੀਆਂ ਨੇ ਕਦਰਾਂ ਕੀਮਤਾਂ ਟੁੱਟ ਰਹੀਆਂ ਨੇ ਭਾਈਚਾਰਾ ਟੁੱਟ ਰਿਹਾ ਹੈ ਤਾਂ ਮੈਸੇਜ ਤਾਂ ਬਹੁਤ ਤਕੜਾ ਹੈ ਜੀ ਵਿਚਾਰਧਾਰਕ ਟਕਰਾਵਾਂ ਦੇ ਵਿੱਚੋਂ ਇਸ ਤਰ੍ਹਾਂ ਦੇ ਮਸਲੇ ਨਿਕਲਦੇ ਨੇ ਜੀ ਪਰ ਰੌਲਾ ਇਹ ਹੈ ਕਿ ਹਾਲ ਦੀ ਘੜੀ ਬਹੁਤ ਵੱਡਾ ਇੱਕ ਹਿੱਸਾ ਜਿਹੜਾ ਇਸ ਸਮਾਜਰੇ ਦਾ ਸਮਾਜ ਦਾ ਹੈ ਸਾਡੇ ਇੰਡੀਆ ਚ ਉਹਦੇ ਲਈ ਨਰਿੰਦਰ ਮੋਦੀ ਇੱਕ ਸੁਪਰ ਲੀਡਰ ਹੈ ਭਾਈ ਜੀ ਤੇ ਨਾਲ ਦੀ ਨਮਿੰਟੂ ਜੀ ਇੱਕ ਕਮੈਂਟ ਹੋਰ ਆ ਰਿਹਾ ਸੀ ਜਿਹੜਾ ਉਹਦਾ ਵੀ ਜਵਾਬ ਦਿਓ ਪਲੀਜ਼ ਤਾਂ ਉਹ ਕਰੇ ਸੀ ਕਹਿੰਦੇ ਕਿ ਪ੍ਰਿਆੰਕਾ ਗਾਂਧੀ ਨੇ ਅਖੇ 26 ਤਰੀਕ ਨੂੰ ਜਾਓ ਜੀ ਕਹਿੰਦੇ ਕਿ ਕਰੋ ਪਟਿਆਲੇ ਕੱਠ ਜੀ ਕਹਿੰਦੇ ਕਿ ਅਸੀਂ ਸਿੱਧੂ ਸਾਹਿਬ ਬਾਹਰ ਆ ਰਹੇ ਤੇ ਜੇ ਉਹਨਾਂ ਨੇ ਛੱਡਿਆ ਨਾ ਤੇ ਕੱਟ ਕੀ ਕਰੋ ਇਹ ਨਹੀਂ ਪਤਾ ਉਧਰੋਂ ਰਾਜਾ ਵਿਡਿੰਗ ਵੀ ਹੁਣ ਤਾਂ ਲੁੱਕ ਜੀ ਚੇਂਜ ਕਰ ਲਈ ਐ ਵੀ ਦਸਤਾਰ ਸਜੌਣ ਲੱਗ ਗਏ ਆ ਪਾਣੀ ਨਹੀਂ ਚਲੋ ਉਹ ਤੇ ਨਿੱਜੀ ਜ਼ਿੰਦਗੀ ਆ ਵਧੀਆ ਗੱਲ ਆ ਜੇ ਕਿਸੇ ਨੂੰ ਲੱਗਦਾ ਤਾਂ ਬਹੁਤ ਵਧੀਆ ਦਸਤਾਰ ਸਜਾਉਣੀ ਚਾਹੀਦੀ ਆ ਜੀ ਉਹ ਠੀਕ ਆ ਪਹਿਰਾਵੇ ਤੇ ਆਪਾਂ ਨਾ ਜਾਂਦੇ ਕੋਈ ਗੱਲ ਕਰਦੇ ਆ ਕਿ ਭਾਈ ਜੇ ਉਹ ਤਾਂ ਨਹੀਂ ਕਿਉਂਕਿ ਛੱਡਣਾ ਤਾਂ ਹੁਣ ਪੰਜਾਬ ਸਰਕਾਰ ਨੇ ਆ ਨਾ ਜੀ ਕਿਤੇ ਜੇ ਉਹ 26 ਨੂੰ ਤੁਸੀਂ ਉੱਥੇ ਸਵੇਰ ਤੋਂ ਬੈਠੇ ਹੋ ਵੋ ਜਲੇਬੀਆਂ ਜਲੂਬੀਆਂ ਕੱਢ ਕੇ ਤੇ ਤੁਹਾਡੀਆਂ ਜਲੇਬੀਆਂ ਚ ਸ਼ਾਮ ਨੂੰ ਭੁੱਖ ਦੇਣਾ ਰੇਤਾ ਫਿਰ ਕੀ ਬਣੇਗਾ ਜੀ ਜੀ ਇਸ ਕਰਕੇ ਇਹ ਆ ਵੀ ਨਿਰਪਰ ਕਰਦਾ ਪੰਜਾਬ ਸਰਕਾਰ ਤੇ ਜੀ ਉਹ ਕੀ ਕਰਦੇ ਨੇ ਜੀ ਤੇ ਜੇ ਐਸਾ ਕੁਝ ਸੁਨੇਹਾ ਲੱਗਿਆ ਆਫੀਸ਼ੀਅਲੀ ਤੇ ਨਹੀਂ ਮੈਂ ਪੜਿਆ ਸੁਨੇਹਾ ਕਿਤੇ ਜੀ ਜੇ ਐਸਾ ਕੁਝ ਸੁਨੇਹਾ ਲੱਗਿਆ ਤਿਆਰੀ ਹੈ ਤਾਂ ਫਿਰ ਉਹਨਾਂ ਨੂੰ ਵੀ ਸੁਨੇਹਾ ਲੱਗਿਆ ਹੋਣਾ ਵੀ ਸਿੱਧੂ ਆ ਰਿਹਾ ਜੇ ਤੁਹਾਡਾ ਜੀ ਜੀ ਬਿਲਕੁਲ ਤਾਂ ਇਹ ਗੱਲ ਤਾਂ ਦੋਨੇ ਪਾਸੇ ਚੱਲ ਰਹੀ ਹੈ ਤੇ ਉਹਨਾਂ ਨੂੰ ਵੀ ਜਿੰਦਗੀ ਥੋੜੀ ਕਰਾਉਣੀ ਹੈ ਇੱਥੇ ਜੀ ਜੀ ਜੀ